ਕਿ ਕਿਸ ਤਰ੍ਹਾਂ ਬਾਜ਼ਾਰ ਦੇ ਨਾਲੋਂ ਕਿੰਨਾ ਕੁ ਲੋਕਾਂ ਨੂੰ ਵੱਧ ਫਾਇਦਾ ਹੁੰਦਾ? ਬਸ ਫਿਰ ਥੋੜ੍ਹਾ ਸਸਤਾ ਹੁੰਦਾ ਆ ਨਾਲ, ਅਤੇ ਜੈਕਟ ਉਹ 300 ਰੁਪਏ ਜੈਕਟ ਵੇਚ ਦਿੰਦੇ ਆਪਾਂ। ਮੈਨੂੰ ਵੀ ਨਹੀਂ ਪਤਾ ਕਿੱਥੋਂ ਆਉਂਦੀ ਆ ਕਿੱਥੋਂ ਨਹੀਂ, ਮੈਂ ਕੋਰੀਆ ਤੋਂ ਆਉਂਦੀ ਆ ਸ਼ਾਇਦ, ਮੈਨੂੰ ਦੱਸ ਦੇਣਾ ਹੈ। ਬਾਕੀ ਤੇ ਪੂਰੀ ਗੱਲ ਤਾਂ ਮੈਨੂੰ ਵੀ ਨਹੀਂ ਪਤਾ ਕਿੱਥੋਂ ਆਉਂਦੀ, ਮੈਂ ਤਾਂ ਵਰਕਰ ਹੀ ਲੱਗਾ ਹੈ ਇੱਥੇ। ₹300 ਜਦੋਂ ਵੀ ਲੋਕ ਆ ਦੂਰ 300 ਜਿਹੜੀ ਪੂਰੀ ਵਾਸ਼ਿੰਗ ਹੋਈ ਹੈ ਸਾਡੀ, ਵਾਈਟ ਕਲਰ ਆ। ਸਾਹਮਣੇ ਸੜਕ ਤੇ ਲੱਗਦਾ ਹੁੰਦਾ ਸੀ, ਹੁਣ ਇੱਧਰਲੇ ਬੰਨੇ ਆ ਗਏ ਆ। ਬਾਈ ਬੜਾ ਵਧੀਆ ਲੱਗਾ ਇੱਥੇ ਘੁੰਮ ਫਿਰ ਕੇ, ਵਧੀਆ ਇੰਜੋਇਮੈਂਟ ਡੇ ਕਰਨਾ ਤੇ ਵਧੀਆ ਸੇਲ ਲੱਗੀ ਹੈ ਤੇ ਆਪ ਕਹਿਣੇ ਵੀ ਸਾਡੇ ਇੱਧਰ ਲੱਗਣਗੇ ਤੇ ਆਪਾਂ ਵੀ ਇੱਧਰ ਸਹੀ ਲਈ ਇੱਧਰ, ਮਤਲਬ ਤੁਹਾਡੇ ਗੁਰਦਾਸਪੁਰ 'ਚ ਵੀ ਲੱਗਣੀ ਚਾਹੀਦੀ ਹੈ। ਹਾਂਜੀ ਹਾਂਜੀ, ਸਾਡੇ ਗੁਰਦਾਸਪੁਰ 'ਚ ਵੀ ਸੇਲ ਲੱਗਣੀ ਚਾਹੀਦੀ ਹੈ। ਮਾਰਕੀਟ ਦੇ ਬਾਰੇ ਕੀ ਕਹਿਣਾ? ਮੈਂ ਕਹਿੰਦਾ ਵੀ ਬਹੁਤ ਵਧੀਆ ਚੀਜ਼ ਆ, ਮਾੜੇ ਬੰਦੇ ਲੈ ਸਕਦੇ ਆ, ਤਕੜੇ ਬੰਦੇ ਵੀ ਆਉਂਦੇ ਆ। ਬਾਕੀ ਇਹ ਆ ਵੀ ਕਈ ਬੰਦੇ ਨਹੀਂ ਲੈ ਸਕਦੇ, ਮਹਿੰਗੀਆਂ ਦੁਕਾਨਾਂ 'ਚ ਜਾ ਸਕਦੇ, ਚੀਜ਼ ਮਿਲ ਜਾਂਦੀ ਆ ਘੱਟ ਰੇਟ 'ਤੇ। ਮਾਰਕੀਟ ਲੱਗੀ ਹੈ ਮਾਰੇ, ਇੱਥੇ ਆਉਂਦੇ ਤਾਂ ਕਈ ਤਰ੍ਹਾਂ ਦੇ ਲੋਕ ਆਉਂਦੇ ਹੈਗੇ ਆ, ਵੱਡੇ ਵੱਡੇ ਘਰਾਂ ਦੇ ਲੋਕ ਆਉਂਦੇ ਆ, ਕੋਰੀਆ ਦਾ ਮਾਲ ਹੁੰਦਾ ਹੈਗਾ, ਸੇਲ ਦੇ ਹਿਸਾਬ ਨਾਲ ਵੇਚਦੇ ਹੈਗੇ ਆ। ਇਹ 1500-2000 ਵਾਲੀ ਜੈਕਟ ਹੁੰਦੀ, ਉੱਧਰ 300 ਰੁਪਏ, 200 ਰੁਪਏ, 250 ਰੁਪਏ ਮਿਲਦੀ ਹੈਗੀ ਆ। ਇਸ ਤੋਂ ਹੋਰ ਕੀ ਵੀ ਬਹੁਤ ਜ਼ਿਆਦਾ ਬੈਨੀਫਿਟ ਚਾਹੀਦਾ ਇਹਨਾਂ ਨੂੰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਖਬਰ ਹਰਪਲ ਇੰਡੀਆ ਤੇ ਅੰਮ੍ਰਿਤਸਰ ਦਾ ਮਾਲ ਰੋਡ 4S ਚੌਂਕ ਤੋਂ ਪਹਿਲਾਂ ਇਹ ਨਜ਼ਾਰਾ ਜਿਹੜਾ ਤੁਸੀਂ ਦੇਖ ਰਹੇ ਹੋ, ਇਹ ਹਰ ਸੰਡੇ ਨੂੰ ਇੱਥੇ ਲੱਗਦਾ ਹੈ ਤੇ ਦੂਰ ਦੂਰ ਤੋਂ ਲੋਕ ਇੱਥੇ ਆਉਂਦੇ ਨੇ। ਆਖਿਰ ਕਾਰਨ ਕੀ ਹੈ ਮੈਂ ਤੁਹਾਨੂੰ ਦੱਸ ਦਿੰਦਾ ਕਿ ਸਸਤਾ ਸਮਾਨ ਖਰੀਦਣ ਵਾਸਤੇ ਹਰੇਕ ਜਿਹੜਾ ਹੈ ਆਦਮੀ ਆ ਉਹ ਉਤਾਵਲਾ ਰਹਿੰਦਾ ਤੇ ਇੱਥੇ ਸਸਤਾ ਸਮਾਨ ਮਿਲਦਾ, ਮਾਰਕੀਟ ਨਾਲੋਂ ਕਾਫੀ ਸਸਤਾ, ਪਰ ਉਸ ਸਮਾਨ ਦੀ ਜਿਹੜੀ ਐਕੂਰੇਟੀ ਹੈ, ਕੁਆਲਿਟੀ ਹੈ, ਉਹ ਕੀ ਹੈ, ਉਹ ਸਾਰੀ ਕੁਝ ਜਾਣਨ ਵਾਸਤੇ ਅਸੀਂ ਅੱਜ ਇੱਥੇ ਪਹੁੰਚੇ ਹਾਂ। ਤੁਹਾਨੂੰ ਦਿਖਾ ਦਿੰਦੇ ਹਾਂ ਪਹਿਲੇ ਤਸਵੀਰਾਂ ਕਿ ਇਹ ਜਿਹੜੀ ਹੈ ਇਹ ਲਾਈਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਰਦੀਆਂ ਦਾ ਮੌਸਮ ਹੈ ਤੇ ਸਰਦੀਆਂ ਦੇ ਮੌਸਮ ਨੂੰ ਲੈ ਕੇ ਜੈਕਟ, ਸਵੈਟਰ ਤੇ ਹੋਰ ਸਮਾਨ ਜਿਹੜਾ ਹੈ ਉਹ ਇੱਥੋਂ ਮਿਲ ਰਿਹਾ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦੂਰ ਦੂਰ ਤੋਂ ਲੋਕ ਇੱਥੇ ਆਉਂਦੇ ਨੇ ਔਰ ਜਿਹੜੀ ਭੀੜ ਹੈ ਉਹ ਇਕੱਠੀ ਹੋਈ ਹੈ, ਕੋਈ ਇੱਕ ਜੈਕਟ ਲੈ ਕੇ ਜਾ ਰਿਹਾ, ਕੋਈ ਦੋ, ਕੋਈ ਚਾਰ, ਪੰਜ, ਇਹ ਜੈਕਟ ਜਿਹੜੀਆਂ ਨੇ ਇਹ ਖਰੀਦੀਆਂ ਜਾ ਰਹੀਆਂ ਨੇ। ਭੀੜ ਵੀ ਤੁਸੀਂ ਦੇਖ ਸਕਦੇ ਹੋ ਰੋਡ ਦੇ ਉੱਪਰ, ਤੁਸੀਂ ਲਗਾਤਾਰ ਦੇਖ ਸਕਦੇ ਹੋ ਕਿਵੇਂ ਇਹ ਜਿਹੜਾ ਹੈ ਚੱਲ ਰਿਹਾ, ਕਿਸ ਰੇਟ 'ਤੇ ਅਤੇ ਕਿੰਨਾ ਕੁ ਬਾਜ਼ਾਰ ਦੇ ਨਾਲੋਂ ਫਰਕ ਹੈ ਅਤੇ ਚੀਜ਼ ਦਾ ਕੀ ਜਿਹੜਾ ਹੈ ਕੁਆਲਿਟੀ ਕੀ ਹੈ, ਇਹ ਸਾਰੀ ਜਾਣਕਾਰੀ ਲਵਾਂਗੇ। ਪਹਿਲੇ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ ਤਸਵੀਰਾਂ ਜਿਹੜੀਆਂ ਨੇ ਉਹ ਸਾਰੀਆਂ ਦੂਰੋਂ ਦੇਖੀਆਂ ਨੇ, ਨਜ਼ਦੀਕ ਤੋਂ ਤਸਵੀਰਾਂ ਦਿਖਾਉਂਦੇ ਹਾਂ। ਛੋਟੇ ਬੱਚਿਆਂ ਤੋਂ ਲੈ ਕੇ ਹਰੇਕ ਵਰਗ ਦੇ ਜਿਹੜੇ ਨੌਜਵਾਨ ਨੇ ਜਾਂ ਬੱਚੇ ਨੇ, ਬੁੱਢੇ ਨੇ, ਲੇਡੀਜ਼ ਹੈ, ਜੈਂਟਸ ਹੈ, ਸਾਰਿਆਂ ਦਾ ਹੀ ਜਿਹੜਾ ਹੈ ਇੱਥੋਂ ਇਹ ਕੱਪੜਿਆਂ ਦਾ ਜਿਹੜਾ ਸਮਾਨ ਜਿਹੜਾ ਕੱਪੜੇ ਮਿਲਦੇ ਨੇ ਤੁਹਾਨੂੰ ਦੇਖ ਸਕਦੇ। ਜੈਕਟ ਜਿਹੜੀ ਆ ਅੱਜ ਦੀ ਡੇਟ ਦੇ ਵਿੱਚ ਅਸੀਂ ਜੈਕਟ ਨੂੰ ਦੇਖਦੇ ਹਾਂ, ਜੈਕਟ ਜਿਹੜੀ ਆ ਉਹ ਲੋਕ ਜਿਹੜੇ ਨੇ ਉਹ ਦੂਰੋਂ ਦੂਰੋਂ ਦੇਖ ਰਹੇ ਨੇ, ਲੈਣ ਆਏ ਨੇ। ਆਪਾਂ ਗੱਲਬਾਤ ਕਰ ਲੈਂਦੇ ਇੱਥੇ ਵੀਰ ਜੀ ਹੈਗੇ ਨੇ ਜਿਹੜੇ ਵੇਚ ਰਹੇ ਨੇ। ਵੀਰੇ ਕੀ ਨਾਮ ਤੁਹਾਡਾ? ਜਸਪਾਲ ਸਿੰਘ ਲਾਗੇ ਆ ਜੀ। ਜਸਪਾਲ ਸਿੰਘ ਜੀ, ਵੀਰੇ ਕਿੰਨੇ ਕੁ ਚਿਰ ਤੋਂ ਇੱਥੇ ਲਗਾਉਂਦੇ ਹੋ? ਮੈਂ ਤੇ ਲਗਾਉਂਦੇ ਤੇ ਕਾਫੀ ਚਿਰ ਤੋਂ, ਮੈਂ ਤੇ ਇਸ ਮਹੀਨੇ 1 ਤਰੀਕ ਤੋਂ ਆਇਆ ਇੱਥੇ। ਅੱਛਾ ਜੀ। ਇਹ ਕਿਸ ਤਰ੍ਹਾਂ ਬਾਜ਼ਾਰ ਦੇ ਨਾਲੋਂ ਕਿੰਨਾ ਕੁ ਲੋਕਾਂ ਨੂੰ ਵੱਧ ਫਾਇਦਾ ਹੁੰਦਾ? ਬਸ ਫਿਰ ਥੋੜ੍ਹਾ ਸਸਤਾ ਹੁੰਦਾ ਹੈ ਮਾਲ, ਅਤੇ ਜੈਕਟ ਉਹ 300 ਰੁਪਏ ਜੈਕਟ ਵੇਚ ਦਿੰਦੇ ਆਪਾਂ। ਅੱਛਾ ਜੀ। ਅਤੇ ਮਾਰਕੀਟ ਠੀਕ ਹੈ ਲੋਕਾਂ ਦੀ, ਮਾਰਕੀਟ ਤੁਹਾਡੇ ਸਾਹਮਣੇ ਹੀ ਆ, ਕਿੰਨਾ ਗਾਹਕ ਹੈ ਇੱਥੇ ਉਸ ਹਿਸਾਬ ਦੇ ਨਾਲ।
ਅੱਛਾ ਇਹ ਜੈਕਟ ਜਿਹੜੀ ਆ ਤੁਸੀਂ ਕਿੱਥੋਂ ਲੈ ਕੇ ਆਉਂਦੇ ਤੇ ਕਿੰਨੇ ਕਿੱਦਾਂ ਵੇਚਦੇ ਮਤਲਬ ਇੰਨੀ ਸਸਤੀ ਕਿੱਦਾਂ ਵੇਚਦੇ ਮੈਨੂੰ ਵੀ ਨਹੀਂ ਪਤਾ ਕਿੱਥੋਂ ਆਉਂਦੀ ਆ ਕਿੱਥੋਂ ਨਹੀਂ ਮੇਰੇ ਨਾਲ ਕੋਰੀਆ ਤੋਂ ਆਉਂਦੀ ਆ ਸ਼ਾਇਦ ਮੇਰੇ ਅੰਦਾਜ਼ੇ ਨਾਲ ਬਾਕੀ ਤੇ ਪੂਰੀ ਗੱਲ ਦਾ ਮੈਨੂੰ ਵੀ ਨਹੀਂ ਪਤਾ ਕਿੱਥੋਂ ਆਉਂਦੀ ਮੈਂ ਤੇ ਵਰਕਰ ਹੀ ਲੱਗਾ ਰੀਜ਼ੂਜ਼ ਹੁੰਦੀਆਂ ਕੁਛ ਜਾਂ ਰੀਜ਼ਨ ਕੇ ਕਿ ਧੋ ਧਵਾ ਕੇ ਵਾਸ਼ਿੰਗ ਹੋ ਕੇ ਸਭ ਕੁਛ ਕਰ ਕਰਕੇ ਫਿਰ ਇੱਥੇ ਆਉਂਦੀ ਹੈ ਜਿੰਨੇ ਬ੍ਰਾਂਡ ਹੈਗੇ ਸਾਰੇ ਹੁੰਦੇ ਵਿੱਚ ਮਿਕਸ ਆ ਡੇਲੀ ਲਾ ਰਹੇ ਰੋਜ਼ਾਨਾ ਲਾ ਰਹੇ ਹੋ ਐਤਵਾਰ ਤੇ ਐਤਵਾਰ ਸਾਡਾ ਲੱਗਦਾ ਐਤਵਾਰ ਹੀ ਲੱਗਦਾ ਅੱਜ ਕੱਲ੍ਹ ਸੰਡੇ ਮਾਰਕੀਟ ਲੱਗਦੀ ਹੈ ਨਾ ਉਦਣ ਲੱਗਦਾ ਕਿੰਨਾ ਕੁ ਬਾਗ ਆ ਰਿਹਾ ਬਾਗ ਤੇ ਤੁਹਾਡੇ ਸਾਹਮਣੇ ਆ ਦੇਖੋ ਮਤਲਬ ਇਹ ਸੀਜ਼ਨ ਜਦੋਂ ਹੁੰਦਾ ਹੈ ਸੀਜ਼ਨ 'ਚ ਅੱਛੀ ਕਮਾਈ ਹੋ ਜਾਂਦੀ ਹੈ ਸੀਜ਼ਨ 'ਚ ਅੱਛੀ ਕਮਾਈ ਹੁੰਦੀ ਹੈ ਸਾਨੂੰ ਤਾਂ ਉਹੀ ਆ ਕਿ ਜੋ ਸਾਨੂੰ ਪੇ ਵਾਲਾ ਹਿਸਾਬ ਨਹੀਂ ਰੋਜ਼ ਦੀ ਦਿਹਾੜੀ ਮਿਲਣੀ ਆ ਦਿਹਾੜੀ ਵਾਲਾ ਹਿਸਾਬ ਹੈ ਸਾਡਾ ਇੱਥੇ ਬਾਕੀ ਜੋ ਮਾਲਕ ਮਾਲਕਾਂ ਨੇ ਜੋ ਕਰਨਾ ਉਹੀ ਆ ਮਾਲਕ ਇੱਕ ਦੀਆਂ ਹੁੰਦੀਆਂ ਸਾਰੀਆਂ ਕਿ ਕਿੱਦਾਂ ਵੱਖਰੇ ਵੱਖਰੇ ਸਾਰੇ ਵੱਖਰੇ ਵੱਖਰੇ ਅੱਡੇ ਲੱਗੇ ਹੁੰਦੇ ਜਿੰਨੇ ਵੀ ਜਿੱਦਾਂ ਸਾਡਾ ਅੱਡਾ ਲੱਗਾ ਉਹ ਵੱਖਰਾ ਲੱਗਾ ਉਹ ਵੱਖਰਾ ਲੱਗਾ ਸਾਰਿਆਂ ਇਹਦੇ ਵੱਖਰੇ ਵੱਖਰੇ ਆ ਕਿੱਥੋਂ ਕਿੰਨੇ ਕੁ ਰੇਟ ਤੋਂ ਲੈ ਕੇ ਕਿੱਥੋਂ ਤੱਕ ਦਾ ਜਿਹੜਾ ਤੁਹਾਡੇ ਕੋਲ ਸਮਾਨ ਸਾਡੀ ਤੇ 300 ਤੱਕ ਹੀ ਆ ਬਸ ਚਾਵਲੀ ਜੈਕਟ ਆ 300 ਕੋਈ ਵੀ ਜੈਕਟ ਲੈ ਲਓ ਸ਼ੋ ਫੁੱਲ ਜੈਕਟ ਆ ਹਾਫ ਜੈਕਟ ਆ ਸਾਰੀ ਮਿਕਸ ਹੀ ਹੁੰਦੀ ਲੇਡੀਜ਼ ਜੈਂਟਸ ਸਾਰੀ ਮਿਕਸ ਆ ਬੱਚਿਆਂ ਦੇ ਵੀ ਆ ਬੱਚਿਆਂ ਦੇ ਨਹੀਂ ਆਪਣੇ ਕੋਲ ਛੋਟੀ ਜੈਕਟ ਜ਼ਿਆਦਾ ਨਹੀਂ ਬੱਚਿਆਂ ਦੇ ਜਿੱਦਾਂ ਆਹ ਲੇਡੀਜ਼ ਲੱਗੀ ਹੋਈ ਹੈ ਵੱਖਰੇ ਕੀ ਕਹਿਣਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿ ਇੱਥੇ ਆਣ ਕੇ ਕਿੱਦਾਂ ਤੁਹਾਨੂੰ ਕਿੰਨਾ ਕੁ ਫਾਇਦਾ ਹੋ ਫਾਇਦਾ ਤਾਂ ਹੋਏਗਾ ਜੇ ਤੁਸੀਂ ਲਓ ਕੋਈ ਵੀ ਆਏਗਾ 300 ਰੁਪਏ ਜੈਕਟ ਬਾਹਰੋਂ ਲਓਗੇ ਤੁਹਾਨੂੰ ਥੋੜ੍ਹੀ ਮਹਿੰਗੀ ਪੈਣੀ ਹੈ ਜੈਕਟ ਇੱਕ ਇਹ ਬਾਹਰੋਂ ਆਉਂਦੀ ਹੈ ਜੈਕਟ ਬਾਹਰੋਂ ਇਹ ਗਰਮ ਹੈ ਜੈਕਟ ਕਾਫੀ ਜਿੱਦਾਂ ਦਾ ਇੱਥੇ ਦਾ ਅੱਗੇ ਇੱਕ ਠੰਡ ਆਉਣੀ ਆ ਜਿੱਦਾਂ ਉੱਤੋਂ ਉਹਦੇ ਨਾਲੋਂ ਕਿ ਲੋਕਲ ਜੈਕਟ ਜਿਹੜੀ ਆ ਜਿੱਦਾਂ ਉਹ ਕਾਮਯਾਬ ਨਹੀਂ ਹੁੰਦੀ ਇਹਦੇ ਜਿਹੜੇ ਠੰਡ ਨਹੀਂ ਅੰਦਰ ਜਾਂਦੀ ਮੈਂ ਖੁਦ ਪਾਉਂਦਾ ਰਿਹਾ ਮੈਂ ਵੇਖੀ ਹੈਗਾ ਕਿੱਦਾਂ ਦਾ ਅਸਰ ਹੈਗਾ ਜੈਕਟ ਬਾਹਰ ਦੀ ਜੈਕਟ ਤਾਂ ਕਿਉਂ ਬਾਹਰ ਜ਼ਿਆਦਾ ਠੰਡ ਹੁੰਦੀ ਆ ਉਸੇ ਕਰਕੇ ਇਹਦੀ ਜਿਹੜੀ ਕੁਆਲਿਟੀ ਆ ਉਹ ਮਤਲਬ ਕਾਫੀ ਅੱਛੀ ਹੁੰਦੀ ਹੈ ਕਹਿੰਦਾ ਹਾਂਜੀ ਕੁਆਲਿਟੀ ਤਾਂ ਕਾਫੀ ਕਿਉਂਕਿ ਹੈਗੀਆਂ ਤਾਂ ਓਰੀਜਨਲ ਹੀ ਆ ਜਿੱਦਾਂ ਓਰੀਜਨਲ ਬ੍ਰਾਂਡ ਹੁੰਦੇ ਆ ਕਈ ਵਿੱਚੋਂ ਨਿਕਲ ਜਾਂਦੇ ਕਈ ਨਹੀਂ ਵੀ ਬ੍ਰਾਂਡ ਵਾਲੀਆਂ ਹੈਗੀਆਂ ਜ਼ਿਆਦਾਤਰ ਤਾਂ ਬ੍ਰਾਂਡ ਵਾਲੀਆਂ ਹੀ ਮੁੰਡੇ ਆਉਂਦੇ ਆ ਜਿਹੜੇ ਯੰਗ ਮੁੰਡੇ ਮੇਰੇ ਵਰਗੇ ਆਉਂਦੇ ਉਹ ਬ੍ਰਾਂਡ ਹੀ ਇੱਥੋਂ ਲੈ ਕੇ ਜਾਂਦੇ ਜਿਹੜੇ ਵੀ ਜਿੱਦਾਂ ਜੀ ਉਹਨਾਂ ਨੂੰ ਪਤਾ ਨੌਲੇਜ ਆ ਕਿ ਆਹ ਚੀਜ਼ ਬ੍ਰਾਂਡ ਹੈਗੀ ਆ ਉੱਦਾਂ ਦੀ ਚੀਜ਼ ਉਹਨਾਂ ਨੇ ਕੱਢ ਕੇ ਲੈ ਕੇ ਜਾਣੀ ਸਪੈਸ਼ਲ ਜਿੱਦਾਂ ਕੱਢ ਕੇ ਪੀਸ ਵਾ ਦੇਖ ਲਿਆ ਆ ਕਿ ਆਹ ਬ੍ਰਾਂਡ ਹੈਗਾ ਉਹ ਲੱਗ ਲੈ ਕੇ ਜਾਣਾ ਜ਼ਿਆਦਾਤਰ ਮੇਰੇ ਵਰਗੇ ਜੰਗ ਮੁੰਡੇ ਉਹ ਹੀ ਬ੍ਰਾਂਡ ਹੀ ਲੈ ਕੇ ਜਾਂਦੇ ਇੱਥੋਂ ਸ਼ਹਿਰ ਤੋਂ ਹੀ ਆਉਂਦੇ ਲੋਕ ਕਿ ਬਾਹਰੋਂ ਵੀ ਆਉਂਦੇ ਆ ਕਿ ਕਾਫੀ ਜਦੋਂ ਪਤਾ ਜਾਗਦਾ ਪਤਾ ਆ ਸਾਰਿਆਂ ਨੂੰ ਕਿ ਇੱਥੇ ਸੰਡੇ ਬਾਜ਼ਾਰ ਲੱਗਦਾ ਤਾਂ ਸੰਡੇ ਬਾਜ਼ਾਰ ਲੱਗਦਾ ਤੇ ਫਿਰ ਬਾਹਰੋਂ ਵੀ ਜਿੱਦਾਂ ਜਦੋਂ ਲੋਕਲ ਹੁੰਦੇ ਸਾਡੇ ਘਰਾਉਂਦੇ ਸੁਭਾਅ ਸਾਹਿਬ ਇੱਥੋਂ ਲੰਘਦੇ ਆ ਕੋਈ ਵੀ ਆ ਉਦੋਂ ਕੀ ਪਤਾ ਲੱਗ ਹੀ ਜਾਂਦਾ ਕਿੱਥੇ ਮਾਰਕੀਟ ਲੱਗਦੀ ਆ ਜਿੱਦਾਂ ਮੈਂ ਕਿਸੇ ਨੂੰ ਦੱਸਿਆ ਮਾਰਕੀਟ ਲੱਗਦੀ ਉੱਥੇ ਉਹਨੇ ਸੰਡੇ ਬਾਜ਼ਾਰ ਨੂੰ ਇੱਥੇ ਆਉਣਾ ਹੀ ਆ ਇਹ ਸਿਰਫ 300 ਰੁਪਏ ਦੇ ਵਿੱਚ ਜੈਕਟ ਦੇ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਜੈਕਟਾਂ ਨੇ ਇਹ 300 ਰੁਪਏ ਦੇ ਵਿੱਚ ਜੈਕਟ ਦੇ ਰਹੇ ਨੇ ਅੰਮ੍ਰਿਤਸਰ ਦੇ ਜਿਹੜਾ ਮਾਲ ਰੋਡ ਕਹਿ ਸਕਦੇ ਹਾਂ ਇਹ ਦੇਖੋ ਇਹ ਹੈੱਡ ਕੰਪਨੀ ਦੀ ਜੈਕਟ ਹੈ ਔਰ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਕਾਫੀ ਗਰਮ ਹੈ ਤੇ ਇਹਨੂੰ ਦੇਖ ਸਕਦੇ ਹੋ ਤੁਸੀਂ ਸੋ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿ ਇਹ ਕਾਫੀ ਅੱਛੀਆਂ ਜੈਕਟਾਂ ਨੇ ਜਿਹੜੀਆਂ ਮਤਲਬ ਆਮ ਜਨਤਾ ਦੇ ਵਾਸਤੇ ਇਹ ਕਾਫੀ ਫਾਇਦੇ ਵਾਲੀ ਗੱਲ ਹੈ ਕਿ ਜਿਹੜੀਆਂ ਨੇ ਲੋਕਾਂ ਨੂੰ ਡੇਲੀ ਰੂਟੀਨ ਦੇ ਵਿੱਚ ਯੂਜ ਕੀਤੀਆਂ ਜਾ ਸਕਦੀਆਂ ਨੇ ਲੇਡੀਜ਼ ਜੈਂਟਸ ਵਾਸਤੇ ਆਪਾਂ ਬਾਹਰੋਂ ਲੋਕ ਆ ਤੁਹਾਨੂੰ 300 ਦੀ ਨਹੀਂ ਮਿਲਣੀ ਕਦੋਂ ਕਦੀ 500-800 ਹਜ਼ਾਰ ਰੁਪਏ ਤੱਕ ਮਿਲਣੀ ਹੈ ਜਦੋਂ ਵੀ ਲੋਕ ਆ 300 ਰੁਪਏ ਦੀ ਪੂਰੀ ਵਾਸ਼ਿੰਗ ਹੋਈ ਹੈ ਸਾਡੀ ਵਾਈਟ ਕਲਰ ਆ ਵਾਈਟ ਕਲਰ ਦੇ ਦਾਗ ਵੀ ਨਹੀਂ ਮਾਸਾ ਵੀ ਕੋਈ ਦਾਗ ਹੋਏਗਾ ਤੇ ਨਹੀਂ ਥੋੜ੍ਹਾ ਕਿ ਥੋੜ੍ਹਾ ਬਹੁਤਾ ਮਾੜਾ ਮੋਟਾ ਦਾਗ ਆ ਸਕਦਾ ਵਾਈਟ ਦੇ ਵਿੱਚ
ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਇਹ ਦੇਖਿਆ ਤੁਸੀਂ ਕਿ 300 ਰੁਪਏ ਦੇ ਵਿੱਚ ਜੈਕਟ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਅਸੀਂ ਕੁਝ ਕਸਟਮਰ ਨੇ ਇੱਥੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅਗਰ ਉਹ ਸਾਡੇ ਨਾਲ ਕੋਈ ਗੱਲਬਾਤ ਕਰੇਗਾ ਤੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਆਪਾਂ ਤੁਹਾਨੂੰ ਇੱਕ ਵਾਰੀ ਹੋਰ ਦਿਖਾ ਦਿੰਦੇ ਹਾਂ ਜੈਕਟ ਇੱਧਰ ਵੀ ਜੈਕਟਸ ਨੇ ਦੇਖੋ ਅਲੱਗ ਅਲੱਗ ਕਲਰ ਨੇ ਵਧੀਆ ਵਧੀਆ ਨੇ ਛੋਟੇ ਬੱਚਿਆਂ ਦੀ ਵੀ ਆ ਆਪਾਂ ਗੱਲਬਾਤ ਵੀ ਕਰਦੇ ਹਾਂ ਪਹਿਲੇ ਉਹਨਾਂ ਨਾਲ ਦੁਕਾਨਦਾਰਾਂ ਦੇ ਨਾਲ ਤੇ ਅੱਛਾ 2 ਮਿੰਟ ਲਈ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ ਵੀ ਹੁਕਮ ਕਰੋ ਭਾਈ ਖਾਲੀਏ ਵਾਲੇ ਆ ਹਾਂ ਨਾਲ ਨਾਲ ਖਾਈਓ ਕੋਈ ਗੱਲ ਨਹੀਂ ਦੱਸੋ ਦੱਸੋ ਕੀ ਨਾਮ ਤੁਹਾਡਾ ਟਿੰਕੂ ਭਾਈ ਟਿੰਕੂ ਵੀਰੇ ਕਿੰਨੇ ਚਿਰ ਤੋਂ ਇੱਥੇ ਕਰ ਰਹੇ ਹੋ ਆਹ ਵਾਲਾ ਕਰੋ ਇੱਥੇ ਤੇ ਭਾਜੀ ਜ਼ਿੰਦਗੀ ਨਿਕਲ ਗਈ ਸਾਡੇ ਦਾਦੇ ਪੜਦਾਦੇ ਤੋਂ ਬਹਿੰਦੇ ਆ ਤੇ ਸੜਕਾਂ ਦੇ ਹੁਣ ਮਾੜਾ ਮੋਟਾ ਟਾਈਮ ਪਾਸ ਹੋ ਰਿਹਾ ਪਹਿਲੇ ਸਾਹਮਣੇ ਸੜਕ ਤੇ ਲੱਗਦਾ ਹੁੰਦਾ ਸੀ ਹੁਣ ਇੱਧਰਲੇ ਬੰਨੇ ਆ ਗਏ ਆ ਮੈਨੂੰ ਆਪ 20 ਸਾਲ ਹੋ ਗਏ ਇੱਥੇ ਤੇ ਸਾਡੇ ਮਾਂ ਪਿਓ ਨੂੰ 50 ਸਾਲ ਹੋ ਗਏ ਇੱਥੇ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਦੀ ਜੈਕਟ ਹੈਗੀ ਤੁਹਾਡੇ ਕੋਲ ਭਾਜੀ 50 ਰੁਪਏ ਦਾ ਕੱਪੜਾ ਵੇਚ ਰਹੇ ਹਾਂ 50 ਰੁਪਏ ਤੋਂ ਲੈ ਕੇ 100 ਰੁਪਏ 200 ਰੁਪਏ 300 ਰੁਪਏ ਬਸ ਇਸ ਤੋਂ ਵੱਧ ਨਹੀਂ ਇਹ ਹੈਗਾ ਗਰੀਬਾਂ ਵਾਸਤੇ ਸਾਡੇ ਵਰਗੇ ਜਿਹੜੇ ਰੋਟੀ ਕਮਾ ਰਹੇ ਟਾਈਮ ਪਾਸ ਕਰ ਰਹੇ ਉਹਨਾਂ ਵਾਸਤੇ ਬਸ ਹਾਂਜੀ ਹਾਂਜੀ ਸਾਪਣੀ ਲਾਈ ਹੈ ਇਹ ਕਿੰਨੇ ਤੋਂ ਕਿੰਨੇ ਤੱਕ ਜੈਕਟ ਇਹ ਜੈਕਟ ਕੋਈ ਮਤਲਬ 100 ਰੁਪਏ ਤੋਂ ਚਾਲੂ ਹੋ ਜਾਂਦੀ ਹੈ 500 ਰੁਪਏ ਤੱਕ ਵੀ ਵਿਕਦੀ ਹੈ ਜੇ ਵਧੀਆ ਜਿਹੜੀ 2000 ਦੀ ਜੈਕਟ ਤੁਸੀਂ ਲੈਂਦੇ ਹੋ 500 ਚ ਮਿਲ ਜਾਏਗੀ ਇਹ ਬਈ ਸਾਡੇ ਵਰਗੇ ਗਰੀਬਾਂ ਵਾਸਤੇ ਟਾਈਮ ਪਾਸ ਹੋ ਰਿਹਾ ਕਿੱਦਾਂ ਦਾ ਇਹ ਮਟੀਰੀਅਲ ਕਿੱਦਾਂ ਦਾ ਹੁੰਦਾ ਵੈਸੇ ਯੂਜ਼ ਕਰਨ ਵਾਸਤੇ ਬਹੁਤ ਹੀ ਵਧੀਆ ਭਾਜੀ ਇਹ ਤੇ ਜਿਹੜੀ ਆਮ ਤੁਸੀਂ ਸਰਦੀ ਵਾਸਤੇ ਬਹੁਤ ਪਰਫੈਕਟ ਹੈਗਾ ਜੇ ਹਾਂਜੀ ਇਹ ਯੂਜ਼ ਹੋਈਆਂ ਹੁੰਦੀਆਂ ਕਿ ਬਿਲਕੁਲ ਫਰੈਸ਼ ਹੁੰਦੀਆਂ ਨਹੀਂ ਬਿਲਕੁਲ ਫਰੈਸ਼ ਵੀ ਆਉਂਦੇ ਭਾਜੀ ਤੇ ਨਾਲੇ ਇਹ ਯੂਜ਼ ਹੋਇਆ ਮਾਲ ਸਮਝ ਲਓ ਇਹਨੂੰ ਪਰ ਇਹਦੇ ਵਿੱਚ ਨਵਾਂ ਵੀ ਆਉਂਦਾ ਵਾ ਇਹ ਇੰਪੋਰਟ ਹੋਈਆਂ ਹੁੰਦੀਆਂ ਕਿ ਇੰਪੋਰਟ ਇੰਪੋਰਟ ਹੈ ਕਿਹੜੀ ਕੰਟਰੀ ਉਹ ਕਰਦੇ ਫਿਰ ਕਿ ਵੱਖ ਵੱਖ ਕੰਟਰੀ ਅਸੀਂ ਤੇ ਭਾਜੀ ਇੱਥੇ ਹੀ ਲੈ ਕੇ ਸਾਨੂੰ ਦੇ ਜਾਂਦੇ ਦਿਹਾੜੀਦਾਰ ਲਾਂਡੇ ਆਪਾਂ ਤੇ ਆਪਣਾ ਟਾਈਮ ਪਾਸ ਕਰੀ ਜਾਂਦੇ ਹੁਣ ਕਿੱਥੋਂ ਆ ਰਿਹਾ ਕਿੱਥੋਂ ਇਹ ਨਹੀਂ ਪਤਾ ਆਪਣੇ ਨੂੰ ਆਪਣੇ ਨੂੰ ਇਹ ਪਤਾ ਹੈਗਾ ਬਸ ਮਾਲ ਵਿਕ ਰਿਹਾ ਚੇਨ ਲਾ ਰਹੇ ਆ ਇੱਕ ਦਿਨ ਮਿਲਦਾ ਹਫਤੇ 'ਚ ਟਾਈਮ ਪਾਸ ਕਰ ਲਈਦਾ ਬਸ ਇਹ ਹੁਣ ਜ਼ਿਆਦਾ ਦਿਹਾੜੀਦਾਰ ਬੰਦੇ ਹੈਗੇ ਸਭ ਆਪਣੇ ਹੁਣ ਤਾਂ ਰੈਗੂਲਰ ਲੱਗਦੀਆਂ ਮੇਰੇ ਖਿਆਲ ਨਾਲ ਕਈ ਦਿਨ ਹੋਣ ਲੱਗੇ ਮੈਂ ਦੇਖ ਰਿਹਾ ਲੱਗ ਰੈਗੂਲਰ ਇਹ ਬਸ ਭਾਜੀ ਆਪਣਾ ਟਾਈਮ ਪਾਸ ਹੋ ਰਿਹਾ ਵਾ ਸਮਝ ਲਓ ਮਤਲਬ ਸੀਜ਼ਨ 'ਚ ਆਪਣਾ ਰੋਟੀ ਪਾਣੀ ਦਾ ਭਾਜੀ 1-2 ਮਹੀਨੇ ਬਸ ਕੰਮ ਹੁੰਦਾ ਮੁੜ ਕੇ ਫਿਰ ਮਾਲ ਜਿਹੜਾ ਬਚ ਗਿਆ ਉਹ ਆਪਣੇ ਪੇਟੇ ਪੈ ਜਾਂਦਾ ਬਸ ਹੋਰ ਕੋਈ ਕਰੋਨਾ ਦਾ ਇਫੈਕਟ ਪਿਆ ਕਰੋਨਾ ਦਾ ਲੋਕਾਂ ਦਾ ਕਾਫੀ ਇਫੈਕਟ ਪਿਆ ਤੁਹਾਡੇ ਤੇ ਵੀ ਪਿਆ ਸਾਹਮਣੇ ਬਾਜ਼ਾਰ ਦਾ ਹਾਲ ਵੇਖ ਲਓ ਭਾਜੀ ਬਹੁਤ ਤੇ ਕਾਫੀ ਰੌਣਕ ਲੱਗੀ ਆ ਐਂ ਵੇਖ ਰਹੇ ਆ ਇਹ ਤੇ ਹਫਤੇ ਦੇ ਵਿੱਚ 1 ਦਿਨ ਤੇ ਲੱਗਣੀ ਹੈ ਮਹਾਰਾਜ ਜਿਹਨੇ ਹਫਤੇ ਦੀ ਰੋਟੀ ਕਮਾਣੀ ਹੈ ਫਿਰ ਟਾਈਮ ਪਾਸ ਕਰਨ ਵਾਸਤੇ ਬਾਜ਼ਾਰ 'ਚ ਐਤਵਾਰ ਰੌਣਕ ਲੱਗਣੀ ਹੈ ਠੀਕ ਹੈ ਜੀ ਬਹੁਤ ਵਧੀਆ ਗੱਲ ਹੈ ਸੋ ਕਹਿਣ ਦਾ ਮਤਲਬ ਹੈ ਕਿ 1 ਦਿਨ ਜਿਹੜਾ ਹੈ ਸੰਡੇ ਬਾਜ਼ਾਰ ਲੱਗਦਾ ਹੈ ਔਰ ਸੰਡੇ ਬਾਜ਼ਾਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੈਂ ਇੱਕ ਵਾਰੀ ਫੇਰ ਕਹਾਂਗਾ ਕੈਮਰਾਮੈਨ ਨੂੰ ਕਿ ਤਸਵੀਰਾਂ ਦਿਖਾ ਦੇਵੇ ਇਹ ਰੌਣਕਾਂ ਲੱਗੀਆਂ ਹੋਈਆਂ ਨੇ ਇਹ ਰੌਣਕਾਂ ਲੱਗੀਆਂ ਦੇਖੋ ਆਵਾਜ਼ਾਂ ਵੱਖ ਵੱਖ ਆ ਰਹੀਆਂ ਨੇ 50 ਰੁਪਏ ਤੋਂ ਲੈ ਕੇ 500 ਰੁਪਏ ਦੇ ਵਿੱਚ ਕੋਈ ਵੀ ਕੱਪੜਾ ਜਿਹੜਾ ਬੱਚਿਆਂ ਤੋਂ ਲੈ ਕੇ ਵੱਡੇ ਦਾ ਖਰੀਦ ਸਕਦੇ ਆ ਦੇਖ ਸਕਦੇ ਹੋ ਤੁਸੀਂ ਚੰਗੇ ਭਲੇ ਲੋਕ ਇੱਥੇ ਆਉਂਦੇ ਨੇ ਔਰ ਖਰੀਦਦਾਰੀ ਕਰਦੇ ਨੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਇਹ ਗਾਹਕਾਂ ਨੇ ਗਾਹਕਾਂ ਨਾਲ ਗੱਲਬਾਤ ਕਰ ਲੈਣੀ ਆ ਇਹ ਦੇਖਦੇ ਆ ਆਪਾਂ ਮੁੰਡਾ ਆ ਹਾਂ ਕੀ ਨਾਮ ਆ ਬਬਲੂ ਭਾਈ ਦਾ ਕਿੱਥੋਂ ਆਇਆ ਆਪਣਾ ਗੁਰਦਾਸਪੁਰ ਦਾ ਹੈ ਗੁਰਦਾਸਪੁਰ ਵੀ ਲੱਗਣੀ ਚਾਹੀਦੀ ਗੁਰਦਾਸਪੁਰ ਦੇ ਵਿੱਚ ਵੀ ਲੱਗਣੀ ਚਾਹੀਦੀ ਹੈ ਸੇਲ ਫਿਲਹਾਲ ਇਹਦੇ ਨਾਲ ਨਾਲ ਇੱਕ ਤੁਹਾਨੂੰ ਕਹੀਏ ਸੁਵਿਧਾ ਦੇ ਨਾਲ ਦੁਵਿਧਾ ਵੀ ਹੁੰਦੀ ਆ ਇਹ ਲੱਗਿਆ ਇਹਦੇ ਨਾਲ ਟ੍ਰੈਫਿਕ ਨੂੰ ਵੀ ਥੋੜਾ ਫਰਕ ਪੈਂਦਾ ਪਰ ਕਿਤੇ ਨਾ ਕਿਤੇ ਜਿਹੜਾ ਲੋਕ ਆਮ ਲੋਕਾਂ ਵਾਸਤੇ ਜਿਹੜਾ ਹੈ ਇਹ ਫਾਇਦੇ ਦੀ ਗੱਲ ਹੈ ਇਸ ਕਰਕੇ ਥੋੜਾ ਵਾਲਾ ਜਿਹੜਾ ਦੁਵਿਧਾ ਉਹ ਵੀ ਝੱਲ ਲੈਂਦੇ ਨੇ ਲੋਕ ਕਿਉਂਕਿ ਜਦੋਂ ਕਿਸੇ ਨੂੰ ਫਾਇਦਾ ਹੁੰਦਾ ਹੈ ਤਾਂ ਥੋੜੀ ਵਾਲੀ ਟ੍ਰੈਫਿਕ ਵੀ ਜਿਹੜੀ ਆ ਉਹ ਝੱਲੀ ਜਾ ਸਕਦੀ ਹੈ ਮੈਂ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਇਹ ਦੇਖੋ ਗੱਲਾਂ ਬਾਤਾਂ ਦੇਖਦੇ ਹਾਂ ਸਾਰੀਆਂ ਇਹ ਜੈਕਟ ਦੇਖ ਰਹੇ ਨੇ ਬੱਚੇ ਵੀਰ ਦੇਖ ਰਹੇ ਹਾਂ ਆ ਦੇਖੋ ਤੁਸੀਂ ਤਸਵੀਰਾਂ ਦੇਖ ਲਓ ਜੈਕਟਸ ਨੇ ਸਾਰੀਆਂ ਜੈਕਟ ਦਾ ਤਾਂ ਦਿਖਾ ਰਹੇ ਹਾਂ ਕਿਉਂਕਿ ਸਰਦੀਆਂ ਦਾ ਮੌਸਮ ਹੈ ਤੇ ਸਰਦੀਆਂ ਦੇ ਮੌਸਮ ਦੇ ਵਿੱਚ ਸਸਤਾ ਸਮਾਨ ਖਰੀਦਣ ਵਾਸਤੇ ਜਿਹੜਾ ਹੈ ਕੋਡ ਲੱਗੀ ਹੋਈ ਹੈ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿਵੇਂ ਲੋਕ ਇੱਥੇ ਇਕੱਠੇ ਹੋ ਕੇ ਆਏ ਗਏ ਨੇ ਜਿਵੇਂ ਪੂਰੇ ਦਾ ਪੂਰਾ ਅੰਮ੍ਰਿਤਸਰ ਇੱਥੇ ਹੀ ਇਕੱਠਾ ਹੋ ਗਿਆ ਹੋਵੇ ਲੱਗ ਰਿਹਾ ਇਹ ਤਸਵੀਰਾਂ ਜਿਹੜੀਆਂ ਨੇ ਸਾਫ਼ ਨੇ ਕਿ ਦੇਖ ਰਹੇ ਹੋ ਲੱਗ ਰਿਹਾ ਕਿ ਪੂਰੀਆਂ ਜਿਵੇਂ ਅੰਮ੍ਰਿਤਸਰ ਪੂਰੇ ਦਾ ਪੂਰਾ ਇੱਥੇ ਇਕੱਠਾ ਹੋ ਕੇ ਆ ਗਿਆ ਆਪਾਂ ਗੱਲਬਾਤ ਕਰ ਲੈਂਦੇ ਹਾਂ ਇੱਕ ਵਾਰੀ ਹੋਰ ਇਹ ਵੀਰ ਦੇ ਨਾਲ ਗੱਲਬਾਤ ਕਰਦੇ ਆ ਉਹ ਵੀਰ ਜੀ ਨਾਲ ਗੱਲਬਾਤ ਕਰਦੇ ਆ ਬਾਈ ਸ਼ਰਮਾ ਰਿਹਾ ਥੋੜਾ ਕੈਮਰਾ ਦੇ ਕੇ ਸ਼ਰਮਾ ਗਿਆ ਪਰ ਇਹ ਬਾਈ ਕਹਤੇ ਨਹੀਂ ਸ਼ਰਮਾਏਗਾ ਥੋੜਾ ਨੀਚੇ ਹੋ ਗਿਆ ਬਾਈ ਥੋੜਾ ਨੀਚੇ ਹੋ ਜਾਓ ਇਹ ਬਾਈ ਕਹਤੇ ਹੈ ਕਿ ਇਹ ਨਹੀਂ ਸ਼ਰਮਾਏਗਾ ਬਾਤ ਕਰੇਗਾ ਹਮ ਸੇ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਬਨਾਰਸ ਦਾ ਰਹਿਣਾ ਅੱਛਾ ਜੀ ਬਨਾਰਸ ਦੇ ਰਹਿਣ ਵਾਲੇ ਹੋ ਤੇ ਇੱਥੇ ਪੰਜਾਬੀਆਂ ਦੇ ਵਿੱਚ ਆ ਕੇ ਕਿੱਦਾਂ ਦਾ ਲੱਗਦਾ ਪਿਲੇ ਤੋਂ ਬਹੁਤ ਵਧੀਆ ਕਿੱਦਾਂ ਦਾ ਲੱਗ ਰਿਹਾ ਪੰਜਾਬੀਆਂ ਦਾ ਮਾਹੌਲ ਇਹ ਚੰਗਾ ਲੱਗਦਾ ਅੱਜ ਇੱਥੇ ਜਿਹੜੀ ਆ ਸੇਲ ਲੱਗੀ ਹੈ ਕਿੰਨੇ ਚਿਰ ਤੋਂ ਇੱਥੇ ਕਰ ਰਹੇ ਹੋ ਬੜੇ ਦੇਰ ਹੋ ਗਏ 30 ਸਾਲ ਹੋ ਗਏ ਕਰਦੇ ਅੱਛਾ 30 ਸਾਲ ਤੋਂ ਇੱਥੇ ਡੇਲੀ ਲੱਗ ਰਹੀ ਹੈ ਹਾਂਜੀ
अच्छा ये संडे जेड़ा बाजार लगता है इहदे विच किन्ना क रौनक देखण नूं मिलदी है लोकां नूं किन्ना क फायदा हुंदा है रौनक वध हुंदी महाराज पूरा मेला लगा हुंदा जिस तरह राम तीर्थ दा मेला लगा उस तरह मेला ही हुंदा पूरा इत्थे हर ऐतवार ते ऐतवार अच्छा ते इह जेड़ा फायदा किन्ना क हुंदा लोकां नूं लोकां नूं भी फायदा ते दुकानदार नूं भी फायदा हैगा खुश होके लैके जांदे ने क्योंकि मार्केट दे नालों सस्ता मिलदा है सरदार जी नाल गलबात करन दी कोशिश करांगे सरदार जी कित्थों आए जी हां जी अहीं जीठा रोड तों आए पंडोरी ब्रांच पिंड तों कहिंदे ने कि आम लोकां दा इह दुकान है ओह आम लोकां दी दुकान है आम लोकां दे वास्ते बनी है क्योंकि आम लोग इत्थे आंदे ने असी नैगेटिविटी नहीं फैलाना चाहते असी एक अपना मकसद हुंदा है कि हरेक चीज़ नूं पॉजिटिव दिखाया जाए क्योंकि पॉजिटिव दिखाना फर्ज हुंदा मीडिया का तो असी पॉजिटिव तरीके नाल इहनूं दिखाना चाहते हैं तो ये जिहड़ियां चीज़ां ने पॉजिटिव बन गईयां ने मैं तुहानूं दिखा रहा है क्योंकि आम लोगों दीयां दुकानां ने आम लोगों की भीड़ है जदों करोना काल चलिया सी करोना काल तो बाद लोगों के जिहड़े हालात सीगे वो बहुत बुरे हो गए उस तों बाद तुसीं देख सकते हो कि जिहड़ी होड़ है इत्थे लोगों की इकट्ठी हुई भीड़ है वो देख सकते हो तुसीं हरेक तरह के लेडीज जेंट्स बच्चे अपना अपनी अपनी पसंद की जिहड़ी चीज़ है वो इत्थों लैंदे ने ते पे करके ते जांदे ने फिलहाल आपां किसी होर भी गलबात एक दो होर लोगों नाल गलबात करांगे भैन जी उन्हां नाल गलबात करने की कोशिश करते भैन जी कित्थों आए जी भैन जी की लैण आए उत्थे थोड़ा बहुत फर्क तो है मार्केट दे नालों तां ही इत्थे पहुंचदे ने फिलहाल आपां देखदे आं अगे होर चलदे आं उत्थे होर देखदे आं चीजां जैकटम वेख लियां होर भी कपड़े वेख ले आओ लै चलते हैं तुम होर भी एक वीर है आ देखो सेल लगी है और ये लेडीज जड़िया ने इतों खरीदारी कर रही ने आप गलबात करते हैं वीर नाल आ जा मेरा वीर इधर नो थोड़ा जा आ जा आ जा संग ना मेरा वीर वो आ जा इधर चल आ जा मेरा वीर तेरे ही पुछ लेने लै आओ उधर की कहना चाहते हो मार्केट लगी है महाराज इतने कई तरह के लोग आते है वे वे घर के लोग आते हैं कोरिया का माल हों सेल के हिसाब न बेचते है 100 रुपए सेल 50 रुपए सेल बाकी हर संडे मार्केट अद्धे भरपूर लगती है लोगों को कि फायदा होंगे लोगों को बेनीफिट है सगो जिथे 1500-2000 वाली जैकट होंगी उधर 300 रुपए 200 रुपए 250 रुपए मिलती है तो जो होर की भी बात ज्यादा बेनीफिट चाहिए इन्होंने जेड़ा आम आदमी है ठीक है उसके लिए हद तो ज्यादा बेनीफिट है क्योंकि वह नवी नहीं ले सकता है इतों से ले सकता है जैकटम वेख लिया होर भी कपड़े वेख ले आओ लै चलते हैं तुम होर भी एक वीर है आ देखो सेल लगी है और ये लेडीज जड़िया ने इतों खरीदारी कर रही ने आप गलबात करते हैं वीर नाल आ जा मेरा वीर इधर नो थोड़ा जा आ जा आ जा संग ना मेरा वीर वो आ जा इधर चल आ जा मेरा वीर तेरे ही पुछ लेने लै आओ उधर की कहना चाहते हो अज जी मार्केट
मार्केट लगी है महाराज इतने आंदे कई तरह के लोग आते है वे वे घर के लोग आते हैं कोरिया का माल हों सेल के हिसाब न बेचते हैं 100 रुपये सेल 50 रुपये सेल बाकी हर संडे मार्केट अद्धे भरपूर लगती है लोगों को कि फायदा होंगे लोगों को बेनीफिट है सगो जिथे 1500-2000 वाली जैकेट होंगी उधर 300 रुपये 200 रुपये 250 रुपये मिलती है इस तो होर की भी बहुत ज्यादा बेनीफिट चाहिए इन्होंने जेड़ा आम आदमी है ठीक है उसके लिए हद तो ज्यादा बेनीफिट है क्योंकि वह नवी नहीं ले सकता है इतों तो ले सकता है जिन्हें सेवा करनी होंगी ना वो कभी वीडियो नहीं बनाता मनो करता है सेवा उन्होंने वीडियो बनाने की लड़ नहीं क्योंकि वीडियो अगला दूजा इंसान बनाता अगले की नेचर वेख के अगले की भावना वेख के फिर बनाता वीडियो ऐदा तो मैं भी हमने इधरों चैक के गरीब न दान कर दाँगा मैं भी अपने फोन की वीडियो बना के पा दाँगा इंस्टा से की होने व्यू होने के लाइक मिलने के फॉलो होने कुछ फायदा नहीं है तो ये मार्केट संडे तो संडे इतने लगती है संडे तो संडे तुम इतने आ सकते हो अमृतसर के बेस माल रोड है फोरेस्ट चौंक के लागे लगती है मार्केट और काफ़ी वड्डी मार्केट लगती है तुम देख सकते हो तो थोनों अच्छे जैकेट दिखाए ने अगले संडे तो किसी होर आइटम असं जोड़ा वो दिखावे जी थोड़े यूज होएगी तुम देखने वाले हो गए सो इस करके मैं कहना चाहवागा कि असं पुष्टि नहीं करते किसी चीज़ की लेकिन आके तुम अपने मनपसंद कोई भी आइटम जी खरीद सकते हो जैकेट इसलिए दिखाई है जी क्योंकि विंटर सीजन चल रहा है सर्दियों का सीजन है तो इस करके लोगों को जोड़ा है जैकेट का अज जो रिव्यू दिता है कैमरामैन अश्विनी के नाल विक्रम गिल खबर हरपल इंडिया अमृतसर।